ਬੀਤੀ ਰਾਤ ਅੰਮ੍ਰਿਤਸਰ ਅਟਾਰੀ ਵਾਹਗਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਦੱਸ ਦਈਏ ਕਿ ਇਹ ਹਾਦਸਾ ਇੱਕ ਸਿਵਲੀਅਨ ਕਾਰ ਅਤੇ ਇੱਕ ਫੌਜੀ ਗੱਡੀ ਨਾਲ ਵਾਪਰਿਆ ਹੈ, ਜਿਸ ਦੌਰਾਨ ਫੌਜੀ ਗੱਡੀ ਵੀ ਨੁਕਸਾਨੀ ਦੱਸੀ ਜਾ ਰਹੀ ਹੈ, ਉੱਥੇ ਹੀ ਕਾਰ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਚੁੱਕਿਆ। ਹਾਦਸੇ ਦੌਰਾਨ ਦੋਵੇਂ ਤਰ੍ਹਾਂ ਦੇ ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਦੇ ਪਰਿਵਾਰ ਨੇ ਦੱਸਿਆ ਹੈ ਕਿ ਸਾਹਮਣੇ ਫੌਜੀ ਗੱਡੀ ਹੋਣ ਕਾਰਨ ਪੁਲਿਸ ਵੱਲੋਂ ਸਾਡੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਸਾਨੂੰ ਇਨਸਾਫ ਨਹੀਂ ਮਿਲ ਰਿਹਾ। ਇਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਹਾਦਸਾ ਫੌਜੀ ਗੱਡੀ ਦੀ ਗਲਤੀ ਹੋਣ ਕਾਰਨ ਵਾਪਰਿਆ ਹੈ। ਇਹ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਉਹਨਾਂ ਨੇ ਅੱਗੇ ਕਿਹਾ ਉਹ ਸੁਣੋ। ਪਰਵਿੰਦਰ ਸਿੰਘ ਜੀ, ਕੀ ਗੱਲ ਹੋਈ ਤੁਹਾਡੇ ਨਾਲ? ਸਰ, ਇਹ ਵਿਆਹ ਵੇਖ ਕੇ ਆਉਂਦੇ ਟਾਰੀਓਂ ਅਤੇ ਬੇਟਾ ਮੇਰਾ ਇੱਕ ਕਾਰ 'ਚ ਹੀ ਅਸੀਂ ਵੱਖਰੀ ਵੱਖਰੀ ਕਾਰ ਹੀ ਖਾਧੀ ਅਤੇ ਜਾਣ ਡਿਆ ਸੀ ਘਰ ਨੂੰ ਅਤੇ 6 ਨੰਬਰ ਗੇਟ 'ਤੇ ਇੱਕਦਮ ਗਾੜੀ ਉਹਨਾਂ ਜਿਪਸੀ ਕਰਤੀ ਅਤੇ ਟੱਕਰ ਹੋ ਗਈ। ਅਤੇ ਜਿਪਸੀ ਕਿੰਨਾ ਕੀਤੀ ਹੈ? ਫੌਜੀਆਂ ਨੇ, ਜਿਹਦੇ ਕਰਕੇ ਸਾਡੀ ਗੱਡੀ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਸਾਨੂੰ ਇਨਸਾਫ਼ ਨਹੀਂ ਮਿਲ ਰਿਹਾ। ਅਤੇ ਇਸ ਸੰਬੰਧ 'ਚ ਕੰਪਲੇਂਟ ਕੀਤੀ ਕੋਈ? ਹਾਂਜੀ। ਕਿੱਥੇ? ਹਾਸਾ ਚੌਂਕੀ। ਅਤੇ ਕੀ ਕਹਿੰਦੇ ਹੋ ਇੰਚਾਰਜ ਸਾਹਿਬ? ਇੰਚਾਰਜ ਸਾਹਿਬ ਕੋਈ ਅਸੀਂ ਨਿਆਂ ਨਹੀਂ ਦੇ ਰਹੇ, ਪੁਲਿਸ ਨੇ ਜਾ ਕੇ ਬਿਆਨ ਲੈਂਦੇ ਹਾਂ ਅਤੇ ਫਿਰ ਜਾ ਕੇ ਕਰਦੇ। ਇਸ ਸੰਬੰਧ ਤੁਹਾਡੀ ਬੇਟੀ ਨੂੰ ਕੋਈ ਸੱਟਾਂ ਭੱਜੀਆਂ? ਬਹੁਤ ਜ਼ਿਆਦੀਆਂ ਜੀ, ਉਹ ਆ ਤਹਿਸੀਲ 'ਚ ਦਾਖਲ ਆ। ਠੀਕ ਹੈ, ਅਤੇ ਤੁਸੀਂ ਹੁਣ ਪੁਲਿਸ ਪਛਾਣ ਤੋਂ ਕੀ ਮੰਗ ਕਰਦੇ ਜੀ? ਪੁਲਿਸ ਨੂੰ ਅਸੀਂ ਇਨਸਾਫ਼ ਲੈਂਦੇ ਹਾਂ ਵੀ ਸਾਡੀ ਗੱਡੀ ਜਿਹਦੀ ਗਲਤੀ ਉਹਦੀ ਗਲਤੀ ਕੱਢੀ ਜਾਵੇ, ਸਾਡੀ ਗੱਡੀ ਠੀਕ ਕੀਤੀ ਜਾਵੇ, ਅਸੀਂ ਹੋਰ ਨਹੀਂ ਕੋਈ ਮੰਗ ਕਰਦੇ। ਜੋ ਬੇਟੇ 'ਤੇ ਖਰਚਾ ਲੱਗਾ ਹੋਸਪਿਟਲ 'ਤੇ ਉਹ ਵੀ ਦੇਖੋ। ਧੰਨਵਾਦ। ਮੇਰਾ ਨਾਮ ਦਲਜੀਤ ਸਿੰਘ ਜੀ। ਬਲਜੀਤ ਸਿੰਘ ਜੀ, ਕੀ ਗੱਲ ਹੋਈ ਹੈ ਐਕਸੀਡੈਂਟ ਹੋਇਆ? ਦਲਜੀਤ ਜੀ, ਕੀ ਗੱਲ ਹੋਈ ਹੈ? ਇਹ ਜੀ, ਮੇਰਾ ਭਤੀਜਾ ਜੀ ਟਾਰੀ ਤੋਂ ਵਿਆਹ ਵੇਖ ਕੇ ਵਾਪਸ ਆਉਂਦੇ ਸੀ ਜੀ, ਆਪਣੇ ਭੂਆ ਜੀ ਦਾ ਬੇਟੇ ਦਾ, ਰਾਤ ਨੂੰ 9:30 ਇਹ ਆਪਣੀ ਵੱਖਰੀ ਗੱਡੀ 'ਚ ਸਾਡੇ ਅੱਗੇ ਸੀ, ਅਸੀਂ ਪਿੱਛੇ ਆ ਰਹੇ ਹਲੇ ਅਤੇ ਇੰਡੀਆ ਗੇਟ ਤੋਂ ਗੱਡੀ ਆ ਰਹੀ ਸੀ ਫੌਜੀਆਂ ਦੀ ਜਿਪਸੀ, ਜਿਨ੍ਹਾਂ ਨੇ ਯਕਦਮ ਅੱਗੇ ਕਰਤੀ ਗੱਡੀ ਅਤੇ ਗੱਡੀ ਰੋਡ ਦੇ ਉੱਤੇ ਤੇਜ਼ ਹੋਣ ਦੇ ਕਾਰਨ ਜਿਹੜੀ ਜਾ ਕੇ ਸਿੱਧੀ ਵਿੱਚ ਵੱਜੀ ਆ, ਬਿਲਕੁਲ ਉਹਨਾਂ ਨੇ ਗਾੜੀ ਅੱਗੇ ਖੜੀ ਕਰਤੀ ਹੈ ਗੱਡੀ, ਗਲਤੀ ਜਿਹੜੀ ਹੈ ਫੌਜੀਆਂ ਦੀ ਹੈਗੀ ਆ ਅਤੇ ਦੇਖੀ ਨਹੀਂ ਪਿੱਛੋਂ ਗੱਡੀ ਰੋਡ ਤੋਂ ਸਪੀਡ ਦੇ ਨਾਲ ਆਉਂਦੇ ਹੀ ਆ, ਜਿਹਦੇ ਨਾਲ ਗੱਡੀ ਦਾ ਬਹੁਤ ਜ਼ਿਆਦਾ ਡੈਮੇਜ ਹੋ ਗਈ ਹੈ ਅਤੇ ਸਾਡੇ ਭਤੀਜੇ ਦੇ ਅੱਲਾਪ੍ਰੀਤ ਸਿੰਘ ਦੇ ਵੀ ਜ਼ਿਆਦੀਆਂ ਸੱਟਾਂ ਲੱਗੀਆਂ ਹੋਈਆਂ, ਬਹੁਤ ਜ਼ਿਆਦੀਆਂ ਜਿਹੜੀਆਂ ਐਕਸਰੇ ਵਗੈਰਾ ਉਹਦੇ ਹੋਏ ਆ ਅਤੇ ਕੰਪਲੇਂਟ ਅਸੀਂ ਕੀਤੀ ਆ ਇੱਥੇ ਆਪਣੇ ਖਾਲਸਾ ਚੌਂਕੀ ਅਤੇ ਇੰਚਾਰਜ ਸਾਹਿਬ ਕਹਿੰਦੇ ਆ ਵੀ ਦੇਖਦੇ ਹਾਂ ਦੋਨਾਂ ਦੇ ਕਰੋਸ ਪਰਚਾ ਜਿਹੜਾ ਵਾ ਕਰ ਦਿੰਦੇ ਹਾਂ, ਪਰ ਇੱਥੇ ਸਾਡਾ ਇਨਸਾਫ਼ ਨਹੀਂ ਹੋ ਰਿਹਾ, ਗਲਤੀ ਫੌਜੀਆਂ ਦੀ ਆ, ਪਰਚਾ ਸਾਡੇ 'ਤੇ ਹੋ ਰਿਹਾ ਵਾ। ਤੁਹਾਡੀ ਹੁਣ ਕੀ ਮੰਗ ਆ ਪੁਲਿਸ? ਸਾਡੇ ਤੋਂ ਇਹ ਆ ਵੀ ਸਾਡੀ ਗੱਡੀ ਸਹੀ ਕਰਾ ਦਿੱਤੀ ਜਾਵੇ, ਸਾਡੇ ਲਾਪੀ ਦਾ ਜੋ ਵੀ ਹੋਸਪਿਟਲ ਵਿੱਚ ਪਰਚਾ ਲੱਗਾ ਵਾ ਉਹ ਦਿੱਤਾ ਜਾਵੇ। ਹਾਂਜੀ ਸਰ, ਜਿਹੜੀ ਆ ਦੋ ਗੱਡੀ ਦੀ ਟੱਕਰ ਹੋਈ ਆਰਮੀ ਵਾਲਿਆਂ 'ਚ, ਕੀ ਕਾਰਵਾਈ ਕੀਤੀ ਜਾ ਰਹੀ ਹੈ? ਹਾਲੀ ਘੜੀ ਐਫ ਆਈ ਆਰ ਉਹਨੇ ਅਰਸਾਂ ਦੀ ਇੰਟੀਮੇਸ਼ਨ 'ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਅਤੇ ਦੋਵਾਂ ਮਜ਼ਦੂਰ ਜੋ ਜ਼ਖਮੀ ਉਹਨਾਂ ਦੇ ਬਿਆਨ ਲਏ ਜਾ ਰਹੇ ਆ, ਆਰਮੀ ਵਾਲੇ ਡਰਾਈਵਰ ਦੇ ਵੀ ਅਤੇ ਪ੍ਰਾਈਵੇਟ ਲਾਪਰੀ ਦੇ ਵੀ ਲਏ ਜਾ ਰਹੇ ਆ ਅਤੇ ਕਰੋਸ ਪਰਚਾ ਇਹਨਾਂ ਦਾ ਕਰ ਦਿੱਤਾ ਜਾਵੇ ਤਫਤੀਸ਼। ਸਰ, ਇੱਕ ਧਿਰ ਸਿਵਲੀਅਨ ਧਿਰ ਦਾ ਕਹਿਣਾ ਕਿ ਜਿਹੜੀ ਉਹ ਆਰਮੀ ਵਾਲਿਆਂ ਗਲਤ ਸਾਈਡ ਤੋਂ ਲਿਆ ਕੇ ਗੱਡੀ ਉਹਨਾਂ 'ਚ ਮਾਰੀ ਆ ਅਤੇ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਅਤੇ ਉਹਨਾਂ ਦਾ ਜਿਹੜੀ ਤੇਰੀ ਗਲਤੀ ਹੋਈ ਉੱਥੇ ਪਰਚਾ ਹੋਏਗਾ ਕਿ ਕ੍ਰੋਸ ਹੋਏਗਾ? ਕ੍ਰੋਸ ਹੋਏਗਾ, ਦੋਨਾਂ ਦੀ ਗਲਤੀਆਂ ਦੋਨਾਂ ਡੈਮੇਜ ਹੋ ਗਈਆਂ, ਕ੍ਰੋਸ ਹੋਏਗਾ।
ਉਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਵੇਂ ਧਿਰਾਂ ਤੇ ਕਰਾਸ ਪਰਚਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ਼ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ।